ਵੀ ਆਪਾਂ ਆਪਣੇ ਵੱਲੋਂ ਗੁਰਜੀਤ ਸਿੰਘ ਨੂੰ ਉਠਾਇਆ ਸਰਪੰਚ ਵੇਖ ਲਓ ਭਾਈ ਜੇ ਕਿਸੇ ਕੋਈ ਗਿਲਾ ਸਿੱਖ ਪਾਇਆ ਕੋਈ ਇਤਰਾਜ ਆ ਵੀ ਆਪਾਂ ਇਹਨੂੰ ਸਰਪੰਚ ਉਠਾਇਆ ਵੀ ਵੇਖੋ ਵੀ ਸਾਰੇ ਆਪਾਂ ਰਾਜੀ ਉਹੀ ਆਪਾਂ ਸਾਰਿਆਂ ਦੀ ਰਾਏ ਲੈਣੀ ਸੀ ਇਸੇ ਕਰਕੇ ਆਪਾਂ ਇਕੱਠ ਕਰਿਆ ਚਾਹ ਬਣ ਕੇ ਗੁਰੂ ਘਰ ਜਾਂਦੇ ਅਰਦਾਸ ਤੁਰੇ ਚੱਲਦੇ ਆ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਹੋਣੀਆਂ ਨੇ ਤੇ ਇਸੇ ਵਿਚਕਾਰ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕੋਈ 2 ਕਰੋੜ ਰੁਪਏ ਦੀ ਸਰਪੰਚੀ ਲਈ ਬੋਲੀ ਲਗਾ ਰਿਹਾ ਹੈ ਤੇ ਕੋਈ ਪਿੰਡ ਦੇ ਲੋਕਾਂ ਨੂੰ ਸੂਟ ਅਤੇ 1100 ਰੁਪਏ ਔਰਤਾਂ ਨੂੰ ਦੇਣ ਦਾ ਐਲਾਨ ਕਰ ਰਿਹਾ ਹੈ। ਇਸੇ ਵਿਚਕਾਰ ਹੁਣ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜੋ ਕਿ ਬਠਿੰਡਾ ਦੇ ਪਿੰਡ ਗੈਰੀ ਬੂਟਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸਰਪੰਚੀ ਦੇ ਲਈ 60 ਲੱਖ ਰੁਪਏ ਦੀ ਬੋਲੀ ਦਿੱਤੀ ਗਈ ਪਰ ਫਿਰ ਵੀ ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਬਣੀ। ਤਾਂ ਦੱਸ ਦਈਏ ਕਿ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਕੁਝ ਲੋਕਾਂ ਦੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਪਰ ਬਾਅਦ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਜਿਸ ਤੋਂ ਬਾਅਦ ਹੁਣ ਮਾਹੌਲ ਜੋ ਹੈ ਪਿੰਡ ਦੇ ਵਿੱਚ ਕਾਫੀ ਭਖਿਆ ਹੋਇਆ। ਕਿਹਾ ਜਾ ਰਿਹਾ ਕਿ ਹੋ ਸਕਦਾ ਦੁਬਾਰਾ ਤੋਂ ਇਸ ਦੀ ਬੋਲੀ ਕਰਵਾਈ ਜਾ ਸਕਦੀ ਹੈ। ਤਾਂ 50 ਲੱਖ ਤੋਂ ਇਹ ਬੋਲੀ ਸ਼ੁਰੂ ਹੋਈ ਸੀ ਪਿੰਡ ਗੈਰੀ ਬੂਟਰ ਦੀ ਜੋ ਕਿ 60 ਲੱਖ ਤੱਕ ਪਹੁੰਚਦੀ ਹੈ ਪਰ ਫਿਰ ਵੀ ਲੋਕਾਂ ਦੀ ਸਹਿਮਤੀ ਨਹੀਂ ਬਣ ਪਾਉਂਦੀ। ਆਪਾਂ ਆਪਣੇ ਵੱਲੋਂ ਗੁਰਜੀਤ ਸਿੰਘ ਉਠਾਇਆ ਸਰਪੰਚ ਵੇਖ ਲਓ ਭਾਈ ਜੇ ਕਿਸੇ ਕੋਈ ਗਿਲਾ ਸਿੱਖ ਪਾਇਆ ਕੋਈ ਇਤਰਾਜ ਆ ਵੀ ਆਪਾਂ ਇਹਨੂੰ ਸਰਪੰਚ ਉਠਾਇਆ ਵੇਖੋ ਵੀ ਸਾਰੇ ਆਪਾਂ ਰਾਜੀ ਉਹੀ ਆਪਾਂ ਸਾਰਿਆਂ ਦੀ ਰਾਏ ਲੈਣੀ ਸੀ ਇਸੇ ਕਰਕੇ ਆਪਾਂ ਇਕੱਠ ਕਰਿਆ ਚਾਹ ਬਣ ਕੇ ਗੁਰੂ ਘਰ ਜਾਂਦੇ ਅਰਦਾਸ ਕਰਾਉਂਗੇ ਬਾਈ ਤੁਰੇ ਚੱਲਦੇ ਸਾਰੇ ਤੁਰੇ ਚੱਲਦੇ ਆ ਪਤ
ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਹੋਣੀਆਂ ਨੇ ਤੇ ਇਸੇ ਵਿਚਕਾਰ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕੋਈ 2 ਕਰੋੜ ਰੁਪਏ ਦੀ ਸਰਪੰਚੀ ਲਈ ਬੋਲੀ ਲਗਾ ਰਿਹਾ ਤੇ ਕੋਈ ਪਿੰਡ ਦੇ ਲੋਕਾਂ ਨੂੰ ਸੂਟ ਅਤੇ 1100 ਰੁਪਏ ਔਰਤਾਂ ਨੂੰ ਦੇਣ ਦਾ ਐਲਾਨ ਕਰ ਰਿਹਾ। ਇਸੇ ਵਿਚਕਾਰ ਹੁਣ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜੋ ਕਿ ਬਠਿੰਡਾ ਦੇ ਪਿੰਡ ਗੈਰੀ ਬੁੱਟਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸਰਪੰਚੀ ਦੇ ਲਈ 60 ਲੱਖ ਰੁਪਏ ਦੀ ਬੋਲੀ ਦਿੱਤੀ ਗਈ ਪਰ ਫਿਰ ਵੀ ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਬਣੀ। ਤਾਂ ਦੱਸ ਦਈਏ ਕਿ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਕੁਝ ਲੋਕਾਂ ਦੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਪਰ ਬਾਅਦ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਜਿਸ ਤੋਂ ਬਾਅਦ ਹੁਣ ਮਾਹੌਲ ਜੋ ਹੈ ਪਿੰਡ ਦੇ ਵਿੱਚ ਕਾਫੀ ਭਖਿਆ ਹੋਇਆ। ਕਿਹਾ ਜਾ ਰਿਹਾ ਕਿ ਹੋ ਸਕਦਾ ਦੁਬਾਰਾ ਤੋਂ ਇਸ ਦੀ ਬੋਲੀ ਕਰਵਾਈ ਜਾ ਸਕਦੀ ਹੈ। ਤਾਂ 50 ਲੱਖ ਤੋਂ ਇਹ ਬੋਲੀ ਸ਼ੁਰੂ ਹੋਈ ਸੀ ਪਿੰਡ ਗੈਰੀ ਬੁੱਟਰ ਦੀ ਜੋ ਕਿ 60 ਲੱਖ ਤੱਕ ਪਹੁੰਚਦੀ ਹੈ ਪਰ ਫਿਰ ਵੀ ਲੋਕਾਂ ਦੀ ਸਹਿਮਤੀ ਨਹੀਂ ਬਣ ਪਾਉਂਦੀ।